अस्सलाम वालेकुम नादरीन और सामीन बढ़ते हैं एक वॉइस मैसेज की जानिब देखते हैं कौन साहब हैं कहाँ से हैं और वो क्या पूछ रहे हैं चाहे आ गई थी क्योंकि <laughs> सिलसिला वॉइस मैसेजेस का चल रहा है और चौड़ा चौड़ाई चल रहा है तेजी से मैं बढ़ता जा रहा हूँ लेकिन यह कि अभी ए...

ਬਸੇ ਅ ਪੰਜਵਾਂ ਛੇਵਾਂ ਮਹੀਨਾ ਚਲੋ ਪੁੱਛ ਵੀ ਲਿਆ ਜੇ ਚੰਗਾ ਕੀਤਾ ਜੇ ਜਿਹੜਾ ਵੀ ਮਹੀਨਾ ਵੇ ਗਾਲੇ ਇਹਨੂੰ ਮੈਂ ਸੇਫ ਜਿਆ ਦੇਣਾ ਚਾਹਨਾ ਦਵਾਈ ਤਾਂ ਕਿ ਕੋਈ ਕਿਸੇ ਕਿਸਮ ਦਾ ਰਿਸਕ ਨਾ ਲਿਆ ਜਾਏ ਜੇ ਇਹ ਸੂਣ ਵਾਲੀ ਨਾ ਹੁੰਦੀ ਤੇ ਫਿਰ ਮੈਂ ਟੀਕੇ ਵੀ ਲਵਾਉਂਦਾ ਲੈ ਕੇ ਨਾ ਹੁਣ ਐਸਾ ਸੋਹਣਾ ਨੁਸਖਾ ਦੇ ਰਿਆਂ ਇਨਸ਼ਾਅੱਲਾ 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 ਬਿਲਕੁਲ ਇਹਦੀ ਖਾਂਸੀ ਠੀਕ ਹੋ ਜਾਸੀ ਇੱਕ ਪਾ ਲੈ ਲੋ ਛੋਲੇ ਇਹ ਜਿਹੜੇ ਪੁੱਜੇ ਨਹੀਂ ਹੁੰਦੇ ਪੁੱਜੇ ਛੋਲੇ ਲੈ ਲੋ ਇਹਨਾਂ ਨੂੰ ਪੀ ਲੈਣਾ ਗ੍ਰਾਈਂਡਰ ਹੈ ਘਰ ਤੁਹਾਡੇ ਮੈਨੂੰ ਪਤਾ ਹੈ ਐਂਜੇ ਹੀ ਲੈ ਲੋ ਮਲਠੀ ਉਹ पीसीवी ਵੀ ਮਿਲ ਜਾਂਦੀ ਹੈ ਪਿੱਠੀ ਵੀ ਪਾਊਡਰ ਫਾਰਮ ਚ ਵੀ ਮਿਲ ਜਾਂਦੀ ਹੈ ਨਾ ਮਿਲੇ ਤਾਂ ਦੂਜੀ ਉਹਨੂੰ ਤੁਸੀਂ ਉਹਦੀ ਵੀ ਗ੍ਰाइंड ਕਰ ਲਓ ਇਹ ਦੋਵਾਂ ਨੂੰ ਮਿਲਾ ਲਓ ਫਿਰ ਇੱਕ ਪਾ ਲਓ ਸ਼ਹਿਦ ਖਾਲਸ ਲਿਆ ਜੇ ਨੰਬਰ 2 ਨਾ ਲਿਆ ਜੇ ਉਹ ਕੋਈ ਪਾ ਇੱਕ ਉਹ ਵੀ ਸ਼ਹਿਦ ਇਹਦੇ ਵਿੱਚ ਮਿਲਾ ਲਓ ਇਹਨੂੰ ਬਿਸਮਿਲਾ ਕਰਕੇ ਦੇ ਦਿਓ ਅੱਜ ਦੇ ਦਿਓ ਕੱਲ ਫੇਰ ਦੇ ਦਿਓ ਪਰਸੋਂ ਦਿਓਗੇ ਤੇ ਚੌਥੇ ਦਿਨ ਦੇਣ ਦੀ ਜ਼ ਲੋੜ ਕੋ ਨਹੀਂ ਹੋਣ ਲਗੀ ਇਨਸ਼ਾਅੱਲਾ ਅੱਲਾ ਦੇ ਫਜ਼ਲੁ ਕਰਮ ਨਾਲ ਖੰਗ ਦੂਰ ਹੋ ਜਾਸੀ ਦੁਆਵਾਂ ਜੀ ਯਾਦ ਰੱਖਿਆ ਜੇ ਔਰ ਮੈਂ ਦੂਜਾ ਤੁਹਾਡਾ ਸਵਾਲ ਵੀ ਲੈਣਾ ਕਿਉਂਕਿ ਟਾਪਿਕ ਇੱਕ ਹੁੰਦਾ ਹੈ ਇਸ ਵਕਤ ਇਹ ਟਾਪਿਕ ਖਾਂਸੀ ਵਾਲਾ ਔਰ ਪ੍ਰੈਗਨੈਂਟ ਐਨੀਮਲ ਨੂੰ ਖਾਂਸੀ ਹੋਵੇ ਬਗੈਰ ਟੀਕੇ ਤੋਂ ਕਿਸ ਤਰ੍ਹਾਂ ਦੀ ਖਾਂਸੀ ਦੂਰ ਕੀਤੀ ਜਾ ਸਕੇ ਤੋ ਦਵਾਵਾਂ ਜੀ ਯਾਦ ਰੱਖਿਆ ਜੇ ਪੂਰੇ ਗੁਜਰਖਾਂਦ ਨੂੰ ਸਲਾਮ ਫੀਮਨ ਲਾ